ਸਤਿ ਸ਼੍ਰੀ ਅਕਾਲ ਜੀ। ਕੀ ਤੁਸੀਂ ਜਾਣਦੇ ਹੋ ਕਿਸ ਸਿੱਖ ਸਰਦਾਰ ਨੇ ਦਿੱਲੀ ਉੱਤੇ ਕਬਜ਼ਾ ਕੀਤਾ ਸੀ? ਕਮੈਂਟ ਪਲੀਜ਼। ਕੀ ਤੁਸੀਂ ਜਾਣਦੇ ਹੋ ਕਿਸ ਸਿੱਖ ਸਰਦਾਰ ਨੇ ਦਿੱਲੀ ਉੱਤੇ ਕਬਜ਼ਾ ਕੀਤਾ ਸੀ? ਨੰਬਰ 1 ਭਾਈ ਬਘੇਲ ਸਿੰਘ, ਨੰਬਰ 2 ਭਾਈ ਬਾਜ ਸਿੰਘ, ਨੰਬਰ 3 ਹਰੀ ਸਿੰਘ ਨਲੂਆ, ਨੰਬਰ 4 ਬਾਬਾ ਬੰਦਾ ਸਿੰਘ ਬਹਾਦਰ। ਸਹੀ ਜਵਾਬ ਜਾਣਨ ਲਈ ਥੋੜ੍ਹਾ ਵੇਟ ਕਰੋ।